ਸਾਨੂੰ ਇਨਸਾਨੀ ਰੂਪ ਵਿੱਚ ਪਤਾ ਲੱਗਦਾ ਹੈ ਕਿ ਅਸੀਂ ਰੱਬ ਨਾਲ ਲੀਨ ਹੋ ਗਏ ਹਾਂ, ਅਸੀਂ ਰੱਬ ਨਾਲ ਜੁੜ ਗਏ ਹਾਂ। ਅਤੇ ਜਦੋਂ ਅਸੀਂ ਰੱਬ ਨਾਲ ਜੁੜ ਜਾਂਦੇ ਹਾਂ, ਇਹ ਸਰੀਰ ਤਿਆਗ ਦਿੰਦੇ ਹਾਂ, ਉਹ ਸਫ਼ਰ ਕਿਹੜਾ ਹੈ? ਲਾਈਕ ਕਿਉਂਕਿ ਅਸੀਂ ਹਰ ਇੱਕ ਜੂਨ ਤੋਂ ਗੁਜ਼ਰਦੇ ਹਾਂ, ਸਾਡੀ ਯੂ ਨੋ ਪਤਾ ਨਹੀਂ ਬਹੁਤ ਸਾਰੀਆਂ ਜੂਨਾਂ ਤੋਂ ਨਿਕਲ ਕੇ ਸਾਨੂੰ ਸਰੀਰ ਮਿਲਦਾ, ਇਨਸਾਨੀ ਰੂਪ ਮਿਲਦਾ। ਅਤੇ ਜਦੋਂ ਅਸੀਂ ਰੱਬ ਨਾਲ ਜੁੜ ਜਾਂਦੇ ਹਾਂ, ਉਸ ਤੋਂ ਬਾਅਦ ਦਾ ਸਫ਼ਰ ਕੀ ਹੈ? ਉਸ ਤੋਂ ਬਾਅਦ ਫਿਰ ਸੋਲ ਜਿਹੜੀ ਹੈਗੀ ਹੈ ਉਹ ਫਿਰ ਜੂਨਾਂ 'ਚ ਆਉਂਦੀ ਹੈ ਰੱਬ ਨਾਲ ਜੁੜ ਕੇ। ਉਸ ਤੋਂ ਬਾਅਦ ਜਦੋਂ ਅਸੀਂ ਬਾਣੀ ਦੇ ਨਾਲ ਸਾਂਝ ਬਣਾਉਂਦੇ ਹਾਂ, ਬਾਣੀ ਸਾਡਾ ਜੀਵਨ ਬਦਲ ਦਿੰਦੀ ਹੈ। ਜੇ ਅਸੀਂ ਪਿਆਰ ਨਾਲ ਉਸਨੂੰ ਕਮਾਈਏ, ਜੋ ਗੁਰੂ ਕਹਿੰਦਾ ਉਹਨੂੰ ਸਮਝੀਏ, ਗੁਰੂ ਦੀ ਗੱਲ ਨੂੰ ਸਮਝਣਾ ਉਹਨੂੰ ਖੋਜ ਕਹਿੰਦੇ ਆ। ਜਦੋਂ ਜੋ ਪ੍ਰਭ ਕੋ ਮਿਲੋ, ਅੱਜ ਅਸੀਂ ਅਰਦਾਸ ਦੀ ਗੱਲ ਕਰਨੀ ਹੈ, ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ। ਖੋਜ ਕਰਨੀ ਹੈ, ਇਹ ਇੰਨੀ ਆਸਾਨੀ ਨਾਲ ਨਹੀਂ ਮਿਲਣੀ। ਜਿਹਦਾ ਟ੍ਰੈਜਰ ਹੰਟ ਹੁੰਦਾ, ਇੱਕ ਚੈਲੰਜ ਹੁੰਦਾ, ਉਹਨੂੰ ਲੱਭਣਾ ਪੈਂਦਾ, ਉਹਨੂੰ ਕੋਸ਼ਿਸ਼ ਕਰਨੀ ਪੈਂਦੀ ਹੈ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਦੋਂ ਮਿਲ ਜਾਂਦੀ, ਤਾਂ ਜਦੋਂ ਸਾਨੂੰ ਟ੍ਰੈਜਰ ਮਿਲ ਜਾਂਦਾ, ਸਾਨੂੰ ਕਿੰਨੀ ਖੁਸ਼ੀ ਹੁੰਦੀ ਹੈ। ਪਰ ਸਭ ਤੋਂ ਵੱਡੀ ਦੌਲਤ ਤਾਂ ਇਹੀ ਹੈ, ਮਨ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੇ ਮਤ ਵਿੱਚ ਇੰਨੇ ਖਜ਼ਾਨੇ ਨੇ, ਜੇ ਅਸੀਂ ਬਾਣੀ ਪੜ੍ਹ ਲਈਏ, ਸੁਣ ਲਈਏ, ਸਮਝ ਲਈਏ, ਕਮਾ ਲਈਏ। ਸੋ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ, ਕਿਵੇਂ ਪਤਾ ਲੱਗੇਗਾ ਕਿ ਪਰਮਾਤਮਾ ਦੇ ਨਾਲ ਸਾਡੀ ਲੀਨਤਾ ਹੋ ਰਹੀ ਹੈ? ਅਸੀਂ ਮਿਲ ਗਏ ਹਾਂ, ਮਿਲ ਰਹੇ ਹਾਂ, ਮਿਲੇਗਾ। ਜਿਸ ਦਿਨ ਸਿੱਖ ਇਹ ਫੈਸਲਾ ਕਰ ਲਵੇ ਕਿ ਹੁਣ ਮੈਂ ਬਾਣੀ ਦੀ ਕਮਾਈ ਕਰਨੀ ਹੈ, ਜੋ ਗੁਰੂ ਕਹਿੰਦਾ ਉਹਨੂੰ ਭਲਾ ਮੰਨ ਕੇ ਕਰਨਾ ਹੈ, ਇਹ ਮੰਨ ਲਓ ਗੁਰੂ ਨਾਲ ਮੇਲ ਸ਼ੁਰੂ ਹੋ ਗਿਆ। ਬਾਕੀ ਸਾਰਾ ਜੀਵਨ ਹੈ ਇਹ ਕਮਾਈ ਕਰਨ ਲਈ, ਗੁਰੂ ਦੇ ਹੋਰ ਨੇੜੇ ਨੇੜੇ ਆਉਣ ਲਈ, ਹੋਰ ਨਜ਼ਦੀਕ ਆਉਣ ਲਈ। ਜਿੰਨਾ ਸਾਨੂੰ ਗੁਰੂ, ਜਿੰਨਾ ਅਸੀਂ ਗੁਰੂ ਦੀ ਮੰਨਾਂਗੇ, ਉਹਨੂੰ ਸਮਝਾਂਗੇ, ਉਨੇ ਉਸਦੇ ਨਜ਼ਦੀਕ ਜਾਵਾਂਗੇ। ਇੱਕ ਨਿਸ਼ਾਨੀ ਇਹ ਹੈ, ਵੈਸੇ ਤਾਂ ਗੁਰਬਾਣੀ ਵਿੱਚ ਬਹੁਤ ਫਰਮਾਨ ਨੇ, ਇੱਕ ਫਰਮਾਨ ਇਹ ਹੈ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਪਰਮਾਤਮਾ ਦੇ ਨਾਲ ਲੀਨ ਹੋ ਰਹੇ ਹਾਂ। ਦੁੱਖ, ਰੋਗ, ਸੰਤਾਪ ਉਤਰੇ, ਜਿਹੜੇ ਸਾਡੇ ਦੁੱਖ ਨੇ, ਰੋਗ ਨੇ, ਸੰਤਾਪ ਨੇ, ਤੜਪ ਨੇ, ਉਹ ਉਤਰ ਜਾਂਦੇ ਨੇ। ਕਿਵੇਂ? ਸੁਣੀ ਸੱਚੀ ਬਾਣੀ। ਸੁਣੀ ਕੀ ਹੈ? ਉਹਨੂੰ ਮੰਨ ਲਿਆ। ਇੱਕ ਕੰਨਾਂ ਦੇ ਨਾਲ ਸੁਣਨਾ, ਇੱਕ ਮਨ ਦੇ ਨਾਲ ਮੰਨ ਲੈਣਾ, ਮਨ ਨੂੰ ਸਮਝਾ ਲੈਣਾ। ਜਦੋਂ ਮਨ ਨੂੰ ਸਮਝਾ ਲੈਂਦੇ ਹਾਂ, ਉਹ ਸੁਣੀ ਚ ਆਉਂਦਾ। ਫਿਰ ਸੁਣੀ ਦਾ ਮਤਲਬ ਉਹ ਆ, ਦੇਰ ਇਜ਼ ਅ ਡਿਫਰੈਂਸ ਬਿਟਵੀਨ ਲਿਸਨਿੰਗ ਐਂਡ ਹੀਅਰਿੰਗ। ਲਿਸਨਿੰਗ ਮੀਨਸ ਯੂ ਹੈਵ ਅੰਡਰਸਟੂਡ ਐਂਡ ਯੂ ਹੈਵ ਕੰਪਲਾਈਡ। ਹੀਅਰਿੰਗ ਮੀਨਸ ਯੂ ਹੈਵ ਨੋਟ ਪ੍ਰੋਸੈਸਡ ਇਟ। ਸੋ ਜਿਹੜਾ ਸਿੱਖੀ ਵਿੱਚ ਜਿਹੜੀ ਸੁਣੀ ਹੈ, ਉਹਦਾ ਮਤਲਬ ਹੈ ਮੰਨਣਾ, ਗੁਰੂ ਜੋ ਕਹਿੰਦਾ ਆ ਉਹਨੂੰ ਕਰ ਲੈਣਾ। ਗੁਰ ਫਰਮਾਏ, ਗੁਰ ਦਾ ਮੀਨਿੰਗ ਹੈ ਸ਼ਬਦ, ਸ਼ਬਦ ਗੁਰੂ। ਗੁਰ ਫਰਮਾਏ, ਜੋ ਗੁਰੂ ਹੁਣ ਸ਼ਬਦ ਗੁਰੂ ਵਿੱਚ ਜੋ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਆ, ਗੁਰ ਫਰਮਾਏ ਗੁਰਸਿੱਖ ਕਰਨਾ। ਗੁਰੂ ਦਾ ਕੰਮ ਕੀ ਹੈ? ਫਰਮਾਨ ਕਰਨਾ, ਆਹ ਕਰਨਾ ਕੰਮ। ਤੇ ਗੁਰਸਿੱਖ ਦਾ ਕੀ ਕੰਮ ਹੈ? ਗੁਰਸਿੱਖ ਕਰਨਾ, ਗੁਰੂ ਨਾਲ ਆਗਿਆ ਨਹੀਂ ਕਰਨਾ, ਮੰਨ ਲੈਣਾ ਇਹ ਮੇਰੇ ਭਲੇ ਲਈ ਹੈ। ਇਹ ਤਾਂ ਗੁਰੂ ਜਿਵੇਂ, ਇਹ ਤਾਂ ਪਿਆਰ ਦਾ ਖੇਡ ਹੈ ਗੁਰੂ ਨਾਲ। ਗੁਰੂ ਕੁਛ ਕਹਿ ਦੇਵੇ, ਜੇ ਸਾਨੂੰ ਗੁਰੂ ਪਿਆਰਾ ਲੱਗਦਾ ਹੈ ਨਾ, ਫਿਰ ਅਸੀਂ ਗੁਰੂ ਦੀ ਹਰ ਗੱਲ ਨੂੰ ਪਿਆਰੀ ਸਮਝਾਂਗੇ। ਪਿਆਰੀ ਸਮਝਾਂਗੇ ਤਾਂ ਉਹਨੂੰ ਕਰਾਂਗੇ, ਜੇ ਨਹੀਂ ਕਰਾਂਗੇ ਫਿਰ ਉਹ ਪਿਆਰ ਨਹੀਂ ਦਿਖਾਵਾ ਆ, ਉਹ ਧੋਖਾ ਆ ਆਪਣੇ ਆਪ ਨਾਲ। ਇਹ ਤਾਂ ਗੁਰੂ ਵੀ ਜਾਣਦਾ ਹੈ। ਸੋ ਦੁੱਖ, ਰੋਗ, ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੱਚੀ ਬਾਣੀ ਕਿਹੜੀ ਹੈ? ਸ਼ਬਦ ਗੁਰੂ, ਜੋ ਸੱਚੇ ਨੇ ਰਚਾਈ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਪਰਮਾਤਮਾ ਨੇ ਆਪਣੀ ਜਿਹੜੀ ਬਾਣੀ ਹੈ, ਆਪਣੀ ਪਛਾਣ ਆਪੇ ਬਣਾਈ ਹੈ, ਤੇ ਉਸਨੂੰ ਪ੍ਰਗਟ ਕੀਤਾ ਨਾਨਕ ਦੀ ਜੋਤ ਨੇ।
ਸੋ ਨਾਨਕ ਦੀ ਜੋਤ ਕੀ ਹੈ? ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਨ੍ਹਾਂ ਨੇ ਸਿੱਖ ਪੰਥ ਦਾ ਜਿਹੜੀ ਹੋਂਦ ਬਣਾਈ ਹੈ, ਪਰਮਾਤਮਾ ਦੀ ਜਿਹੜੀ ਜਿਹੜੀ ਪਰਮਾਤਮਾ ਨੂੰ ਅਸੀਂ ਪੁਕਾਰ ਕੀਤੀ ਸੀ, ਸੁਣੀ ਪੁਕਾਰ ਦਾ ਤਾਰ ਪ੍ਰਭ, ਫਿਰ ਜਾ ਕੇ ਗੁਰੂ ਨਾਨਕ ਸਾਹਿਬ ਨੇ ਨਾਨਕ ਦੀ ਜੋਤ ਵਿੱਚ ਪ੍ਰਕਾਸ਼ ਦਿੱਤਾ ਸਾਨੂੰ ਦਿਖਾਉਣ ਲਈ, ਆਹ ਦੇਖੋ ਪਰਮਾਤਮਾ, ਆਹ ਦੇਖੋ ਸਿੱਖ ਕਿਵੇਂ ਦਾ ਹੋਣਾ ਚਾਹੀਦਾ ਹੈ। ਹੁਣ ਜੇ ਸਾਨੂੰ ਪਛਾਣ ਹੋ ਗਈ ਕਿ ਪਰਮਾਤਮਾ ਕੌਣ ਹੈ, ਹਰ ਇੱਕ ਇਨਸਾਨ ਨੂੰ ਇੱਕ ਨਾ ਇੱਕ ਦਿਨ ਇਹ ਪਿਆਸ ਜਾਗਣੀ ਹੈ, ਮੈਂ ਕੌਣ ਹਾਂ, ਮੇਰੀ ਆਤਮਾ, ਮੇਰੇ ਅੰਦਰ ਕੁਛ ਹੈ। ਜਦੋਂ ਕੁਛ ਜਦੋਂ ਇਹ ਸਰੀਰ ਢਹਿ ਜਾਂਦਾ ਹੈ, ਮਰ ਜਾਂਦਾ ਹੈ, ਅੰਦਰੋਂ ਕੁਛ ਨਿਕਲ ਗਿਆ, ਉਦੋਂ ਮਤਲਬ ਉਹਦੀ ਤਲਾਸ਼ ਵਿੱਚ ਇਨਸਾਨ ਫਿਰ ਤੁਰਦਾ ਹੈ। ਪਹਿਲਾਂ ਤਾਂ ਇਨਕਾਰੀ ਹੁੰਦਾ ਬੰਦਾ ਹੋਮੇ ਵਿੱਚ, ਨਾ ਨਾ ਇੱਦਾਂ ਦੀ ਕੋਈ ਚੀਜ਼ ਨਹੀਂ, ਆਤਮਾ ਵਰਗੀ ਕੋਈ ਚੀਜ਼ ਨਹੀਂ, ਹੋਏਗੀ ਤਾਂ ਫਿਰ ਸਾਨੂੰ ਕੀ, ਖਾਓ ਪੀਓ ਐਸ਼ ਕਰੋ, ਉਹ ਜੀਵਨ ਨਹੀਂ ਹੈ। ਇਹ ਤਾਂ ਜਾਨਵਰ ਵੀ ਕਰਦੇ ਨੇ, ਖਾਂਦੇ ਪੀਂਦੇ ਤਾਂ ਉਹ ਵੀ ਹੈ, ਐਸ਼ ਤਾਂ ਉਹ ਵੀ ਕਰਦੇ ਨੇ, ਪਰ ਫਿਰ ਸਾਡੇ ਵਿੱਚ ਤੇ ਪਸ਼ੂਆਂ ਵਿੱਚ ਕੀ ਫਰਕ ਹੋਇਆ? ਬਾਣੀ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਗਈ, ਸਾਨੂੰ ਕਿਉਂ ਦਿੱਤੀ ਹੈ? ਕਿਉਂਕਿ ਅਸੀਂ ਉਸ ਮੁਕਾਮ ਤੱਕ ਪਹੁੰਚਣ ਵਾਲੇ ਹਾਂ, ਬਸ ਇੰਨੀ ਜੀ ਦੂਰੀ ਹੈ, ਇੰਨੀ ਜੀ ਕਸਰ ਹੈ, ਉਹ ਕਸਰ ਹੈ ਬਾਣੀ ਦੀ ਕਮਾਈ।